ਕਰਨ ਨਿਸ਼ਾਨਾ ਹੀ ਸਿੱਧਾ ਨਹੀਂ ਬਰਾਬਰ ਬਰਾਬਰ ਕਲੋਜ਼ ਕਰਾਂਗੇ ਤਾਂ ਕਿ ਇਹਦਾ ਬੈਲੈਂਸ ਨਾ ਵਿਗੜੇ। ਆਹ ਇਨਵਰਟਰ ਹੈ ਇਹਦਾ। ਅੱਜ ਤੁਹਾਡੇ ਵਾਸਤੇ ਰਿਵਿਊ ਲੈ ਕੇ ਆਏ ਹਾਂ ਜੀ ਸੋਲਰ ਟਰਾਲੀ ਦਾ। ਜਿੱਦਾਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਗੇ ਸੋਲਰ ਟਰਾਲੀ ਕਿਸ ਤਰ੍ਹਾਂ ਬੰਦ ਹੁੰਦੀ ਹੈ, ਕਿਸ ਤਰ੍ਹਾਂ ਖੁੱਲ੍ਹਦੀ ਆ, ਮੋਟਰ ਦਾ ਪਾਣੀ ਵੀ ਚੈੱਕ ਕਰਾਵਾਂਗੇ, ਮੋਟਰ ਵੀ ਦਿਖਾਵਾਂਗੇ ਕਿਹੜੀ ਆ, ਅਤੇ ਇਨਵਰਟਰ ਵੀ ਚੈੱਕ ਕਰਾਵਾਂਗੇ। ਅਤੇ ਬਾਈ ਜੀ ਇਹ 135 ਵਾਟ ਦੀ ਪਲੇਟ ਲੱਗੀ ਇਹਦੇ ਉੱਤੇ, ਇਹਦੇ ਉੱਤੇ 26 ਪਲੇਟਾਂ ਲੱਗੀਆਂ ਹੋਈਆਂ 535 ਵਾਟ ਦੀਆਂ, ਅਤੇ ਪਾਣੀ ਦਾ ਰਿਜ਼ਲਟ ਵੀ ਮਾਸ਼ਾਅੱਲਾ ਬਿਹਤਰ ਆ, ਤੁਹਾਨੂੰ ਚੈੱਕ ਕਰਾਉਂਦੇ ਹਾਂ। ਅਤੇ ਇਹਦੀ ਇਹਨੂੰ ਕਲੋਜ਼ ਕਰਕੇ ਵੀ ਦਿਖਾਵਾਂਗੇ ਅਤੇ ਇਹਨੂੰ ਦੁਬਾਰਾ ਖੋਲ੍ਹ ਕੇ ਵੀ ਦਿਖਾਵਾਂਗੇ, ਵੀ ਤੁਹਾਨੂੰ ਚੈੱਕ ਕਰਾਉਂਦੇ ਹਾਂ। ਅਤੇ ਮੁਕੰਮਲ ਇਹਦਾ ਰਿਵਿਊ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜਿਸ ਤਰ੍ਹਾਂ ਜੀ ਅੱਗੇ ਵੀ ਇੱਕ ਵੀਡੀਓ ਮੈਂ ਪਾਈ ਸੀ ਸੋਲਰ ਟਰਾਲੀ ਦੀ, ਮਾਸ਼ਾਅੱਲਾ ਬਹੁਤ ਦੋਸਤਾਂ ਨੇ ਬਹੁਤ ਪਸੰਦ ਕੀਤਾ ਉਹਨੂੰ, ਅਤੇ ਉਹਦੇ ਵਿੱਚ ਕੁਝ ਕਮੀਆਂ ਸੀਗੀਆਂ, ਅਤੇ ਉਹ ਇਨਸ਼ਾਅੱਲਾ ਇਸ ਵੀਡੀਓ ਦੇ ਵਿੱਚ ਉਹ ਕਮੀਆਂ ਜਿਹੜੀਆਂ ਸਾਰੀਆਂ ਇਨਸ਼ਾਅੱਲਾ ਅਸੀਂ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੋਈ ਵੀ ਮਾਲੂਮਾਤ ਜਿਹੜੀ ਆ ਕਿ ਉਹ ਨਾ ਰਵੇ। ਮੁਕੰਮਲ ਇਹਦਾ ਰਿਵਿਊ ਤੁਹਾਨੂੰ ਸ਼ੇਅਰ ਕਰਾਂਗੇ। ਹੁਣ ਇਸ ਤਰ੍ਹਾਂ ਇਹਨੂੰ ਡਿਗਰੀ ਦੇਵਾਂਗੇ ਸੂਰਜ ਵਾਲੀ ਸਾਈਡ ਨੂੰ ਨਾ, ਇਸ ਤਰ੍ਹਾਂ ਉਹ ਟਾਪ ਲੰਘ ਲੱਗੀ ਉਹਨੂੰ ਖੋਲ੍ਹੀ ਜਾਵਾਂਗੇ ਅਤੇ ਇੱਧਰ ਦੀ ਸਾਈਡ ਨੂੰ ਨੀਵੀਂ ਹੁੰਦੀ ਜਾਏਗੀ। ਅੱਛਾ ਜੀ ਆਹ ਇਨਵਰਟਰ ਹੈ ਇਹਦਾ, ਅਤੇ ਆਹਦਾ ਬਟਨ ਲੱਗਿਆ ਹੋਇਆ ਮੇਨ ਸੋਚ ਦਾ, ਆਹ ਪਲੇਟਾਂ ਤੋਂ ਕਰੰਟ ਇਹਦੇ 'ਚ ਆ ਰਿਹਾ, ਇਸ ਤੋਂ ਅੱਗੇ ਫਿਰ ਇਨਵਰਟਰ 'ਚ ਆ ਰਿਹਾ, ਅਤੇ ਇਸ ਟਾਈਮ 41.9043 ਇੱਥੇ ਚੱਲ ਰਿਹਾ। ਚਲੋ ਜੀ ਪਾਣੀ ਚੈੱਕ ਕਰੋ ਮੋਟਰ ਦਾ। ਹਾਂਜੀ ਬਾਅਦ ਦੀ ਵੀਡੀਓ ਤੁਸੀਂ ਬਣਿਆ ਥੋੜੀ ਦਵਾਈ ਉੱਥੇ ਫੁੱਲ ਦੌਰ ਨਾ ਛਿੱਕੀ ਉਹ ਦਵਾਈ ਆ ਤੇਰਾ ਨਿਸ਼ਾਨਾ ਹੀ ਸਿੱਧਾ ਨਹੀਂ ਗਾ। ਚੱਲ ਮੈਂ ਠੀਕ ਹੈ ਇੱਥੇ।
बराबर बराबर क्लोज करांगे ताकि इहदा बैलेंस ना बिगड़े। उहदे वास्ते ओह हुण इन्नी क्लोज कीती है, ये भी इन्नी क्लोज करांगे। वजन बहुत ज़्यादा हुंदा ना इहदा ट्राली दा।